ਟਿਵਾਣਾ ਰੇਡੀਓ ਦੇ ਸਤਿਕਾਰ ਸਰੋਤਿਓ, ਇਸ ਲੜੀ ਦੇ ਵਿੱਚ ਦੋ ਛੋਟੀਆਂ ਛੋਟੀਆਂ ਰਿਪੋਰਟਸ ਤੁਹਾਡੀਆਂ ਨਾਲ ਸਾਂਝੀ ਕਰਾਂਗੇ। ਇੱਕ ਤਾਂ ਵਿਦੇਸ਼ਾਂ ਦੇ ਵਿੱਚੋਂ ਵਿਦਿਆਰਥੀਆਂ ਦਾ ਰੁਝਾਨ ਘਟਿਆ ਅਤੇ ਕਾਲਜਾਂ ਦੇ ਵਿੱਚ ਵਿਦਿਆਰਥੀਆਂ ਦੀ, ਪੰਜਾਬੀ ਵਿਦਿਆਰਥੀਆਂ ਦੀ ਤਾਦਾਦ ਵਧੀ ਆ, ਇਹ ਵੀ ਵਕਤ ਦੇ ਬਦਲਦੇ ਰੁਝਾਨ ਨੇ। ਇਸ ਨੂੰ ਰਿਵਰਸ ਮਾਈਗ੍ਰੇਸ਼ਨ ਦੀ ਮਜਬੂਰੀ ਕਿਹਾ ਜਾ ਰਿਹਾ। ਅਤੇ ਦੂਸਰੇ ਪਾਸੇ ਜਿਹੜਾ ਆਉਣ ਵਾਲੇ ਸਮੇਂ ਦੇ ਭਾਰਤ ਬਾਰੇ ਭਾਰਤੀ ਕੀ ਸੋਚਦੇ ਨੇ, ਕਿਸ ਪਾਸੇ ਨੂੰ ਇਨਵੈਸਟਮੈਂਟ ਵੱਧ ਰਹੀ ਹੈ, ਕਿੱਦਾਂ ਦੀਆਂ ਚਿੰਤਾਵਾਂ ਸੋਚਾਂ ਲੋਕਾਂ ਦੀਆਂ ਨੇ, ਇਸ ਬਾਰੇ ਇਹ ਇੱਕ ਖੋਜ ਰਿਪੋਰਟ ਹੈ। ਅਤੇ 88% ਲੋਕ ਅਗਲੇ 5 ਸਾਲਾਂ ਦੇ ਵਿੱਚ ਆਪਣੇ ਆਰਥਿਕ ਵਸੀਲਿਆਂ ਬਾਰੇ ਬੜੇ ਚਿੰਤਤ ਨੇ, ਉਸ ਦੇ ਲਈ ਉਹ ਕੀ ਵਿਕਲਪ ਸੋਚ ਰਹੇ ਨੇ, ਇਸ ਬਾਰੇ ਇਹ ਰਿਪੋਰਟ ਹੈ। 88% ਭਾਰਤੀਆਂ ਨੂੰ ਲੱਗਦਾ ਹੈ ਕਿ ਆਉਣ ਵਾਲੇ 5 ਸਾਲਾਂ ਦੇ ਵਿੱਚ ਉਹ ਆਰਥਿਕ ਤੌਰ 'ਤੇ ਬਹੁਤ ਪਛੜ ਜਾਣਗੇ, ਉਹਨਾਂ ਦਾ ਜਿਹੜਾ ਮਾਇਆ ਵਾਲਾ ਸਿਲਸਿਲਾ ਉਹ ਠੀਕ ਨਹੀਂ ਰਹਿਣਾ। ਇਸ ਵਜ੍ਹਾ ਕਰਕੇ ਬਹੁਤੇ ਭਾਰਤੀ ਪਰੰਪਰਕ ਜਿਹੜੇ ਸੰਕਲਪ ਨੇ, ਵਿਕਲਪ ਨੇ, ਕਿ ਉਹ ਜ਼ਮੀਨ ਪਲੋਟ ਖਰੀਦ ਰਹੇ ਨੇ ਜਾਂ ਗੋਲਡ ਖਰੀਦ ਰਹੇ ਨੇ ਜਾਂ FD ਦੇ ਵਿੱਚ ਨਿਵੇਸ਼ ਵਧਾ ਰਹੇ ਨੇ। ਇਸ ਸੰਬੰਧੀ ਅਦਿੱਤਿਆ ਬਿਰਲਾ ਸਨ ਲਾਈਫ ਇੰਸ਼ੋਰੈਂਸ ਦੇ ਅਨਿਸ਼ਚਿਤ ਸੂਚਕ ਅੰਕ 2024 ਦੀ ਇੱਕ ਸਰਵੇ ਰਿਪੋਰਟ ਹੈ। ਇਹ ਸਰਵੇ ਮੈਟਰੋ ਸ਼ਹਿਰਾਂ ਸਮੇਤ 20 ਭਾਰਤ ਦੇ ਵੱਡੇ ਸ਼ਹਿਰਾਂ ਦੇ ਵਿੱਚ ਕੀਤਾ ਗਿਆ ਸਰਵੇ ਹੈ। ਇਸ ਦੇ ਵਿੱਚ ਸ਼ੇਅਰ ਮਾਰਕੀਟ, ਮਿਊਚਲ ਫੰਡ ਦੇ ਵਿੱਚ ਨਿਵੇਸ਼ ਦਾ ਡਾਟਾ ਸ਼ਾਮਲ ਨਹੀਂ ਹੈ। 72% ਲੋਕ ਸੋਨੇ 'ਚ ਇਨਵੈਸਟਮੈਂਟ ਕਰ ਰਹੇ ਨੇ, ਰੀਅਲ ਅਸਟੇਟ 'ਚ ਇਨਵੈਸਟਮੈਂਟ ਕਰ ਰਹੇ ਨੇ, FD ਵਰਗੇ ਜਿਹੜੇ ਪਰੰਪਰਕ ਸਾਧਨ ਨੇ ਉਹਨਾਂ 'ਚ ਨਿਵੇਸ਼ ਕਰ ਰਹੇ ਨੇ। ਕੋਈ FD ਕਰਾ ਰਿਹਾ, ਕੋਈ ਰੀਅਲ ਅਸਟੇਟ, ਕੋਈ ਸੋਨਾ। 70% ਲੋਕ ਭਰੋਸੇਮੰਦ ਨਿਵੇਸ਼ ਜਿਹੜਾ ਉਹਨਾਂ ਦਾ ਪਸੰਦੀਦਾ, ਉਹ ਰਿਟਰਨ ਤੁਲਨਾਤਮਕ ਰੂਪ ਦੇ ਵਿੱਚ ਭਾਵੇਂ ਉਹਨਾਂ ਨੂੰ ਘੱਟ ਮਿਲੇ ਪਰ ਸੇਫ ਹੋਵੇ। 83% ਲੋਕ ਮੰਨਦੇ ਨੇ ਕਿ ਵਿੱਤੀ ਪਲੈਨਿੰਗ ਦੇ ਨਾਲ ਅਨਿਸ਼ਚਿਤਤਾ ਦੇ ਨੂੰ ਮੈਨੇਜ ਕਰਨ ਦੇ ਲਈ, ਕੰਟਰੋਲ ਕਰਨ 'ਚ ਉਹਨਾਂ ਨੂੰ ਮਦਦ ਮਿਲੇਗੀ। 35% ਲੋਕ ਆਪਣੀ ਵਿੱਤੀ ਸਥਿਤੀ ਦਾ ਰਿਵਿਊ ਨਹੀਂ ਕਰ ਪਾਉਂਦੇ, ਇਸ ਲਈ ਉਹ CA ਵਰਗੇ ਪੇਸ਼ਾਵਰਾਂ 'ਤੇ ਨਿਰਭਰ ਨੇ ਕਿ ਚਾਰਟਰਡ ਅਕਾਊਂਟੈਂਟ ਤੋਂ ਸਹਾਇਤਾ ਲਈਏ ਕਿ ਕਿਸ ਪਾਸੇ ਇਨਵੈਸਟਮੈਂਟ ਕਰੀਏ। 49% ਲੋਕਾਂ ਨੇ ਸਰਵੇ ਦੇ ਵਿੱਚ ਦੱਸਿਆ ਕਿ ਮੁਸ਼ਕਲ ਵਕਤ 'ਤੇ ਵਿੱਤੀ ਸੁਰੱਖਿਆ ਦੇ ਲਈ ਉਹ FD ਜਾਂ ਸੇਵਿੰਗ 'ਤੇ ਹੀ ਨਿਰਭਰ ਨੇ, ਕਿ FD ਕਰਾ ਦਿਓ ਜਾਂ ਬੈਂਕ ਸੇਵਿੰਗ ਕਰ ਲਿਓ। ਪਰ ਰੀਅਲ ਅਸਟੇਟ ਦੇ ਵਿੱਚ ਵੀ ਅਪ ਡਾਊਨ ਆ ਰਿਹਾ। ਤੁਸੀਂ ਵੇਖੋ ਕਿ ਪੰਜਾਬ ਦੇ ਪਿੰਡਾਂ 'ਚ ਜ਼ਮੀਨ ਦੇ ਰੇਟ ਵੱਧ ਰਹੇ ਨੇ, ਪਲੋਟਾਂ ਦੇ ਰੇਟ ਵੀ ਵੱਧ ਰਹੇ ਨੇ, ਚੰਡੀਗੜ੍ਹ ਦੇ ਵਿੱਚ ਰੇਟ ਵੱਧ ਰਹੇ ਨੇ, ਬਠਿੰਡਾ 'ਚ ਵੱਧ ਰਹੇ ਨੇ, ਪਟਿਆਲਾ ਜਾਂ ਹੋਰ ਸ਼ਹਿਰਾਂ ਦੇ ਵਿੱਚ ਪਲੋਟਾਂ ਦੇ ਰੇਟ ਬਹੁਤੇ ਨਹੀਂ ਵੱਧ ਰਹੇ। ਅਤੇ ਇਸ ਸੰਬੰਧੀ ਵੱਖ ਵੱਖ ਲੋਕਾਂ ਦੀ ਸੋਚ ਹੈ, ਪਰ ਕੁਛ ਲੋਕਾਂ ਦਾ ਕਹਿਣਾ ਕਿ ਜਿਵੇਂ ਦੇਖੋ ਵੱਡੀ ਤਾਦਾਦ 'ਚ ਬੱਚੇ ਵਾਪਸ ਆ ਰਹੇ ਨੇ ਜਾਂ ਬੱਚੇ ਵਿਦੇਸ਼ ਨਹੀਂ ਜਾ ਰਹੇ, ਉਰੇ ਹੀ ਬਿਜ਼ਨਸ ਨੂੰ ਤਵੱਜੋ ਦੇ ਰਹੇ ਨੇ, ਉਸ ਬਾਰੇ ਵੀ ਇੱਕ ਰਿਪੋਰਟ ਹੈ। ਸੋ ਬਾਜ਼ਾਰ ਬਿਹਤਰ ਪਰਫੋਰਮੈਂਸ ਕਰ ਰਿਹਾ। ਅਤੇ 71% ਲੋਕ ਜਿਹੜੇ ਉਹਨਾਂ ਦੀ ਚਿੰਤਾ ਵੱਧਦੇ ਹੋਏ ਪਰਿਵਾਰਕ ਖਰਚ ਨੇ, ਕਿ 71% ਲੋਕ ਵੱਧਦੇ ਹੋਏ ਪਰਿਵਾਰਕ ਖਰਚਾਂ ਤੋਂ ਚਿੰਤਤ ਨੇ, ਉਦਾਸ ਨੇ। 59% ਭਾਰਤੀ ਲੋਕ ਸਿਹਤ ਨੂੰ ਲੈ ਕੇ ਵੀ ਫਿਕਰਮੰਦ ਨੇ। ਇਸ ਸੰਬੰਧੀ ਮੈਕਰੋ ਇੰਡੀਕੇਟਰ ਇਕੋਨਮੀ ਦੇ ਵਿੱਚ ਵਾਧਾ ਭਰੋਸਾ ਦਿਖਾ ਰਿਹਾ, ਫਿਰ ਵੀ ਅਨਿਸ਼ਚਿਤਤਾ ਦਾ ਲੈਵਲ ਉੱਚ ਪੱਧਰ 'ਤੇ ਆ। 71% ਲੋਕ ਬੱਚਿਆਂ ਦੀ ਸਿੱਖਿਆ, ਸੁਰੱਖਿਅਤ ਭਵਿੱਖ ਜਾਂ ਵੱਧਦੇ ਹੋਏ ਪਰਿਵਾਰਕ ਖਰਚਿਆਂ ਦੇ ਬਾਰੇ ਬੜੀ ਅਨਿਸ਼ਚਿਤਤਾ ਮਹਿਸੂਸ ਕਰ ਰਹੇ ਨੇ। 77% ਲੋਕ ਮੰਨਦੇ ਨੇ ਕਿ ਉਹ ਕਰਜ਼ ਅਤੇ ਖਰਚ ਨੂੰ ਲੈ ਕੇ ਚਿੰਤਤ ਨੇ। ਅਤੇ 71% ਲੋਕਾਂ ਦੀ ਚਿੰਤਾ ਮੈਡੀਕਲ ਐਮਰਜੈਂਸੀ ਨੂੰ ਲੈ ਕੇ ਆ, ਅਤੇ ਇਹ ਉਹਨਾਂ 'ਤੇ ਵਿੱਤੀ ਬੋਝ ਆ ਕਿ ਜੇ ਆਉਣ ਵਾਲੇ ਸਮੇਂ ਕੈਂਸਰ ਹੋ ਗਿਆ, ਆਉਣ ਵਾਲੇ ਸਮੇਂ ਦਿਲ ਦਾ ਦੌਰਾ ਪੈ ਗਿਆ, ਫਿਰ ਕੀ ਬਣੂ ਯਾਰ, ਜਦੋਂ ਪਊ ਉਦੋਂ ਦੇਖੀ ਜਾਊ, ਹੁਣ ਤਾਂ ਰੱਜ ਕੇ ਖਾਓ, ਹੈ ਨਾ, ਵਧੀਆ ਖਾਓ, ਸਾਫ਼ ਸੁਥਰਾ ਖਾਓ, 36 ਪਦਾਰਥ ਖਾਣੇ, 72 ਰੋਗ ਲਾਣੇ, ਥੋੜ੍ਹਾ ਜਿਹਾ ਦਾਰੂ ਪਿਆਲਾ ਜਾਂ ਹੋਰ ਚੀਜ਼ਾਂ, ਤੰਬਾਕੂ ਵਗੈਰਾ
ਖਤਰਨਾਕ ਚੀਜ਼ਾਂ ਨੇ ਘਟਾਓ, ਕਿਉਂਕਿ ਜਿਹੜੀ ਪਿਛਲੇ ਦਿਨੀ ਕੈਂਸਰ ਦੇ ਬਾਰੇ ਅਮੈਰੀਕਨ ਸੁਸਾਇਟੀ ਦੀ ਰਿਪੋਰਟ ਸੀ ਉਹ ਦੱਸਦੀ ਸੀ ਕਿ 40% ਜਾਂ 45% ਲੋਕ ਕੈਂਸਰ ਤੋਂ ਬਚ ਸਕਦੇ ਨੇ ਆਪਣਾ ਲਾਈਫ ਸਟਾਈਲ ਬਦਲ ਕੇ, ਕਿਉਂਕਿ ਜੋ ਅਮੈਰੀਕਨ ਸੁਸਾਇਟੀ ਨੇ ਕੈਂਸਰ ਦੇ ਬਾਰੇ ਖੋਜ ਕੀਤੀ ਹੈ ਉਹ ਦੱਸਦੀ ਹੈ ਕਿ 19% ਕੈਂਸਰ ਦੇ ਮਰੀਜ਼ 100 ਚੋਂ 19 ਮਰੀਜ਼ਾਂ ਦੇ ਕੈਂਸਰ ਦਾ ਕਾਰਨ ਮੋਟਾਪਾ ਆਇਆ, 7% ਕੈਂਸਰ ਦਾ ਕਾਰਨ ਤੰਬਾਕੂ ਹੈ, ਯਾਨੀ 100 ਚੋਂ 7 ਬੰਦੇ 19 ਬੰਦੇ ਜਿਹੜੇ ਨੇ ਮੋਟਾਪੇ ਦੇ ਕਾਰਨ ਕੈਂਸਰ ਦਾ ਸ਼ਿਕਾਰ ਨੇ, 7 ਬੰਦੇ ਜਿਹੜੇ ਨੇ ਉਹ ਤੰਬਾਕੂ ਦੇ ਸੇਵਨ ਕਰਕੇ ਕੈਂਸਰ ਦਾ ਸ਼ਿਕਾਰ ਨੇ, 19 ਅਤੇ 7 26, ਅਤੇ ਅਗਲੇ 7 ਬੰਦੇ ਜਿਹੜੇ ਨੇ ਉਹ ਇਸ ਕਰਕੇ ਕੈਂਸਰ ਦਾ ਸ਼ਿਕਾਰ ਨੇ ਕਿ ਉਹ ਸਾਰਾ ਦਿਨ ਬੈੱਡੋ ਹੀ ਖੇਡਦੇ ਨੇ, ਕਿ ਜੇ ਗੇਮ ਵੀ ਲਾਉਣੀ ਹੈ ਤਾਂ ਵੀ ਬੈੱਡ 'ਤੇ ਪੈ ਰਹਿਣਾ, ਸਾਰੇ ਬੈੱਡ 'ਤੇ ਰੋਟੀ ਖਾ ਲਈ ਸੌਂਗੇ। ਕਹਿੰਦੇ ਬੰਦਾ ਤਾਂ ਕੱਦੂ ਪਿਆ ਪਿਆ ਵੱਧਦਾ, ਇਹ ਵੀ ਸੱਚ ਨਹੀਂ ਹੈ, ਰੋਟੀ ਖਾ ਕੇ ਤੁਰੀਏ ਖਦਮ ਹਜ਼ਾਰ, ਕਦੇ ਨਾ ਹੋਈਏ ਬਿਮਾਰ, ਯਾਨੀ ਰੋਟੀ ਖਾ ਕੇ ਵੀ 1000 ਸਟੈਪ ਚੁੱਕ ਲੈਣੇ ਚਾਹੀਦੇ ਨੇ, ਇਹ ਨਹੀਂ ਕਿ ਰਾਸ਼ਨ ਖਾਧਾ ਢਿੱਡ 'ਤੇ ਹੱਥ ਫੇਰਿਆ ਦੇਖ ਰਾਟੇ। ਇਹ ਠੀਕ ਹੈ ਕਿ ਆਟਾ ਖਾ ਕੇ ਨੀਂਦ ਆਉਂਦੀ ਹੈ ਕਣਕ ਖਾ ਕੇ, ਪਰ ਘੱਟੋ ਘੱਟ 1000 ਕਦਮ ਤੁਰੋ ਸੌਣ ਤੋਂ ਪਹਿਲਾਂ। ਜਿਸ ਦੌਰਾਨ 7% ਜੇ ਤੰਬਾਕੂ ਦੇ ਕਾਰਨ 7 ਲੋਕ ਕੈਂਸਰ ਦਾ ਸ਼ਿਕਾਰ ਹੁੰਦੇ ਨੇ, ਤਾਂ ਜਿਹੜਾ ਤੁਹਾਡਾ ਵਰਕਿੰਗ ਸਟਾਈਲ ਹੈ ਕਿ ਤੁਸੀਂ ਕੰਮ ਕਾਜ ਨਹੀਂ ਕਰਦੇ, ਆਪਣੀ ਐਕਸਰਸਾਈਜ਼ ਜਾਂ ਤੋਰਾ ਫੇਰਾ ਨਹੀਂ ਕਰਦੇ, ਜ਼ਿਆਦਾ ਵਿਹਲੇ ਰਹਿੰਦੇ ਹੋ, ਤਾਂ ਵੀ 7 ਬੰਦੇ ਇਸ ਕਾਰਨ ਕੈਂਸਰ ਦਾ ਸ਼ਿਕਾਰ ਹੁੰਦੇ ਨੇ, ਅਤੇ 4 ਬੰਦੇ ਸ਼ਰਾਬ ਦੇ ਕਾਰਨ ਕੈਂਸਰ ਦਾ ਸ਼ਿਕਾਰ ਹੁੰਦੇ ਨੇ, 7 7 14 14 ਅਤੇ 7 7 14 14 ਅਤੇ 4 18 18 ਅਤੇ 19 37, ਯਾਨੀ 100 ਚੋਂ 37 ਬੰਦਿਆਂ ਦੇ ਕਾਰਨ ਕੈਂਸਰ ਦਾ, ਇਹ ਚੀਜ਼ਾਂ ਨੇ ਚਾਰੇ ਚੀਜ਼ਾਂ, ਤੁਸੀਂ ਹਿਸਾਬ ਲਾ ਲਓ। ਖੈਰ ਇਸ ਕਰਕੇ ਥੋੜ੍ਹਾ ਜਿਹਾ ਵਰਕਿੰਗ ਸਟਾਈਲ 'ਚ ਰਿਹਾ ਕਰੋ, 4 ਕਦਮ ਤੁਰ ਲਿਆ ਕਰੋ, ਕਾਰ ਦੀ ਬਜਾਏ ਸਕੂਟਰ, ਸਕੂਟਰ ਦੀ ਬਜਾਏ ਸਾਈਕਲ ਚੁੱਕ ਲਿਆ ਕਰੋ, ਸਾਈਕਲ ਦੀ ਬਜਾਏ 2 ਨੰਬਰ ਬੱਸ 'ਤੇ ਚੱਲਿਆ ਕਰੋ, ਪੌੜੀਆਂ ਚੜ੍ਹ ਲਿਆ ਕਰੋ, ਲਿਫਟ ਘਟਾਓ। ਅਤੇ 64% ਜਿਹੜੇ ਤਨਖਾਹ ਯਾਫਤਾ ਲੋਕ ਨੇ ਉਹ ਕੈਰੀਅਰ ਦੇ ਵਿੱਚ ਪ੍ਰਗਤੀ ਦੇ ਬਾਰੇ ਚਿੰਤਾ ਦੇ ਵਿੱਚ ਨੇ, 61% ਲੋਕਾਂ ਨੇ ਸਵੀਕਾਰਿਆ ਕਿ ਲੰਮੇ ਸਮੇਂ ਤੱਕ ਵਿੱਤੀ ਟੀਚਿਆਂ ਨੂੰ ਲੈ ਕੇ ਉਹ ਫਿਕਰਮੰਦ ਨੇ ਕਿ 1 ਕਰੋੜ ਰੁਪਈਆ ਇਕੱਠਾ ਕਰਨਾ ਸੀ ਹੋਇਆ ਨਹੀਂ, ਰੋਬੀ ਕੂਨ ਲੈਣੀ ਸੀ, ਥਾਰ ਲੈਣੀ ਸੀ, ਮਿਲੀ ਨਹੀਂ, ਕੋਈ ਨਹੀਂ ਮਿਲ ਜੂਗੀ, ਸਬਰ ਕਰੋ, ਪੁਰਾਣੀ ਲੈ ਲਿਓ ਸਾਡੇ ਵਾਂਗੂੰ। ਖੈਰ 59% ਵੇਤਨ ਭੋਗੀ ਲੋਕਾਂ ਨੇ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਸਿਹਤ ਦੀ ਬਿਹਤਰੀ ਦੀ ਚਿੰਤਾ ਕੀਤੀ ਹੈ, ਕਿ ਯਾਰ ਪਰਿਵਾਰ ਦੇ ਮੈਂਬਰਾਂ ਦੀ ਸਿਹਤ ਲਈ 59%, ਯਾਨੀ ਤੁਸੀਂ ਹਿਸਾਬ ਲਾ ਲਓ 70% ਕਰਜ਼ੇ ਨੂੰ ਲੈ ਕੇ ਚਿੰਤਤ ਨੇ, ਮਤਲਬ 61% ਲੋਕ ਨੇ ਤਨਖਾਹਦਾਰ ਜਿਹੜੇ ਪਰਿਵਾਰ ਦੀ ਸਿਹਤ ਨੂੰ ਲੈ ਕੇ ਚਿੰਤਤ ਨੇ, ਖੈਰ ਜਿਹਦੀ ਚਿੰਤਾ ਸਿਹਤ ਦੀ ਜ਼ਿਆਦਾ ਹੋਣੀ ਚਾਹੀਦੀ ਹੈ। ਸੋ 3 ਦੇ ਵਿੱਚੋਂ 2 ਬੰਦਿਆਂ ਦਾ ਮੰਨਣਾ ਕਿ ਨਿਵੇਸ਼ ਦੇ ਖੇਤਰ ਦੇ ਵਿੱਚ ਸਾਡੇ ਨਾਲ ਜੁੜੇ ਐਕਸਪਰਟ ਦੀ ਉਹ ਸਲਾਹ ਨਹੀਂ ਲੈਂਦੇ, 67% ਲੋਕਾਂ ਨੇ ਮੰਨਿਆ ਕਿ ਨਿਵੇਸ਼ ਦੇ ਲਈ ਦੋਸਤਾਂ ਅਤੇ ਪਰਿਵਾਰ ਦੀ ਸਲਾਹ ਲੈਂਦੇ ਨੇ, 73% ਨੇ ਮੰਨਿਆ ਕਿ ਦੋਸਤਾਂ, ਕਾਰੋਬਾਰੀਆਂ, ਰਿਸ਼ਤੇਦਾਰਾਂ, ਸਹਿਕਰਮੀਆਂ ਤੋਂ ਸੁਝਾਅ ਦੇ ਨਾਲ ਹੀ ਨਿਵੇਸ਼ ਕਰਦੇ ਨੇ, ਅਤੇ ਬਹੁਤੇ ਸਹੁਰਿਆਂ ਦੇ ਸੁਝਾਅ 'ਤੇ ਕੰਮ ਕਰਦੇ ਨੇ। ਖੈਰ ਇਸ ਦੌਰਾਨ ਪਰ ਜਿਹੜੀਆਂ ਸਾਡੀਆਂ ਭੈਣ ਰਾਣੀਆਂ ਨੇ, ਹੈ ਨਾ, ਭਰਜਾਈਆਂ ਨੇ, ਉਹ ਸਹੁਰਿਆਂ ਦੀ ਸਲਾਹ ਘੱਟ ਲੈਂਦੀਆਂ ਨੇ, ਉਹ ਪੇਕਿਆਂ ਦੀ ਜ਼ਿਆਦਾ ਲੈਂਦੀਆਂ ਨੇ, ਅਤੇ ਬੰਦਾ ਵੀ ਕਈ ਵਾਰੀ ਮਜਬੂਰਨ ਸਹੁਰਿਆਂ ਦੀ ਸਲਾਹ 'ਤੇ ਹੀ ਚੱਲਦਾ। ਖੈਰ ਔਜਲਾ ਸਾਹਿਬ ਕਮੈਂਟ ਨਹੀਂ ਆਇਆ ਤੁਹਾਡਾ। ਖੈਰ ਇਸ ਦੌਰਾਨ ਜਿਹੜਾ ਜੋਖਮ ਹੈ ਡਿਜੀਟਲਾਈਜੇਸ਼ਨ ਦੇ ਨਾਲ ਵੱਧ ਸਕਦਾ ਹੈ ਅਨਯੋਜਿਤ ਖਰਚਾ। ਰਿਜ਼ਰਵ ਬੈਂਕ ਆਫ ਇੰਡੀਆ ਦੀ ਰਿਪੋਰਟ ਕਹਿੰਦੀ ਹੈ ਕਿ RBI ਦੀ ਕਰੰਸੀ ਐਂਡ ਫਾਈਨਾਂਸ ਰਿਪੋਰਟ ਦੇ ਵਿੱਚ ਦੱਸਿਆ ਕਿ ਡਿਜੀਟਲਾਈਜੇਸ਼ਨ ਦੇ ਨਾਲ ਵਿੱਤੀ ਸੇਵਾਵਾਂ
ਜਿਹੜੀ ਪਹੁੰਚ ਨੂੰ ਲੈ ਕੇ ਸੁਵਿਧਾ ਬਿਹਤਰ ਕਰਦਾ, ਪਰ ਇਹ ਇੰਪਲਸਿਵ ਸਪੈਂਡਿੰਗ ਮਨੀ ਯਾਨੀ ਕਿ ਜ਼ਰੂਰੀ ਖਰਚਿਆਂ ਦੇ ਲਈ ਪ੍ਰੇਰਿਤ ਕਰਦਾ। ਸੋ ਇਸ ਸੰਬੰਧੀ ਡਾਟਾ ਉਲੰਘਣ ਦੇ ਕੇਸ ਵੱਧ ਸਕਦੇ ਨੇ। ਡਿਜੀਟਲ ਪਲੇਟਫਾਰਮ ਫਾਈਨੈਂਸ਼ੀਅਲ ਟ੍ਰੈਂਡ ਅਤੇ ਵਿਕਲਪਾਂ ਨੂੰ ਵਾਧਾ ਦਿੰਦਾ। ਇਸ ਨੂੰ ਸੋਸ਼ਲ ਨੈਟਵਰਕ ਦੇ ਵਿੱਚ ਨਿਵੇਸ਼ ਅਤੇ ਖਰਚ ਦੀ ਆਦਤ ਅਤੇ ਵਿੱਤੀ ਉਤਪਾਦਾਂ ਦੀ ਜਾਣਕਾਰੀ ਤੇਜ਼ੀ ਨਾਲ ਫੈਲਦੀ ਹੈ। ਲੋਕ ਵੱਡੇ ਸਮੂਹਾਂ ਦੀਆਂ ਵਿੱਤੀ ਗਤੀਵਿਧੀਆਂ ਦੇ ਨੂੰ ਸਰਗਰਮੀ ਨਾਲ ਵੇਖਦੇ ਨੇ। ਜਿਵੇਂ ਇਹ ਵੱਡੇ ਪੈਮਾਨੇ 'ਤੇ ਸ਼ੇਅਰਾਂ ਦੀ ਖਰੀਦ ਜਾਂ ਵਿਕਰੀ ਹੁੰਦੀ ਹੈ ਤਾਂ ਭੀੜ ਫਾਲੋ ਕਰ ਸਕਦੇ ਨੇ, ਯਾਨੀ ਕਿ ਗੈਰ ਜ਼ਰੂਰੀ ਖਰਚੇ ਵਧਾ ਸਕਦੇ ਨੇ। ਮੰਨ ਲਓ ਦੇਖਿਆ ਕਿ ਹੁਣ ਸੋਨਾ ਸਸਤਾ ਹੋ ਗਿਆ, ਸ਼ੇਅਰ ਮਾਰਕੀਟ ਵੱਧ ਗਈ, ਜਿਹੜੇ ਜੇਬ 'ਚ ਚਾਰ ਚੁਆਨੀਆਂ ਹੁੰਦੀਆਂ ਨੇ ਉਹ ਵੀ ਸ਼ੇਅਰ ਮਾਰਕੀਟ 'ਚ ਠੋਕ ਦਿੰਦੇ ਨੇ, ਉਹ ਵੀ ਸਿਆਣਪ ਨਹੀਂ ਹੈ। 2028 ਤੱਕ ਵਿਸ਼ਵ ਪੱਧਰ 'ਤੇ ਸਾਈਬਰ ਅਪਰਾਧ ਦੀ ਲਾਗਤ ਵੱਧ ਕੇ 1157 ਲੱਖ ਕਰੋੜ ਹੋ ਗਈ ਹੈ। ਆ ਪਿਛਲੇ ਦਿਨ ਇੱਕ ਲੇਖਕ ਹੈ ਨਾ, 60 ਲੱਖ 'ਚ ਠੱਗੀ ਗਈ। ਸੋ ਡਿਜੀਟਲ ਅਰੈਸਟ ਜਿਹੜੀ ਹੁੰਦੀ ਹੈ ਨਾ ਕਿ ਤੁਹਾਨੂੰ ਫੋਨ ਕਰਕੇ ਕਈ ਲੋਕ ਫਸਾ ਲੈਂਦੇ ਨੇ, ਉਹਨਾਂ ਤੋਂ ਵੀ ਬਚੋ। ਸੋ ਇਹ ਧਿਆਨ ਰੱਖੋ ਕਿ ਦੁਨੀਆ ਭਰ ਦੇ ਕੇਂਦਰੀ ਬੈਂਕਾਂ ਦੇ ਵਿੱਚ ਸਾਈਬਰ ਸੁਰੱਖਿਆ ਨਿਵੇਸ਼ ਦੇ ਵਿੱਚ 5% ਵਾਧਾ ਹੋ ਗਿਆ। ਸੋ 2023 ਦੇ ਵਿੱਚ ਦੇਸ਼ ਦੇ ਵਿੱਚ ਡਾਟਾ ਬ੍ਰੀਜ ਦਾ ਔਸਤ ਲਾਗਤ ਕਰੀਬ 18.25 ਕਰੋੜ ਰੁਪਈ ਹੈ, 18.25 ਕਰੋੜ ਰਹੀ ਹੈ, ਅਤੇ ਇਹ ਦੇਸ਼ ਦੇ ਵਿੱਚ 200 ਤੁਲਨਾ ਦੇ ਨਾਲੋਂ 28% ਜ਼ਿਆਦਾ ਆ ਸਾਈਬਰ ਡਾਟਾ ਕ੍ਰਾਈਮ। ਦੇਸ਼ ਦੇ ਵਿੱਚ ਆਮ ਹਮਲੇ ਯਾਨੀ ਕਿ ਫਿਸ਼ਿੰਗ ਹੈ ਜਿਹੜੀ ਉਹ 22% ਵਧੀ ਹੈ, ਅਤੇ ਇਸ ਲਈ ਚੋਰੀ ਜਾਂ ਸਮਝੌਤੇ ਨਾਲ ਜੁੜੇ ਕੇਸ 16% ਵਧੇ ਨੇ। ਸੋ ਇਸ ਕਰਕੇ ਤੂੰ ਆਪਣੀ ਗਠੜੀ ਸੰਭਾਲ, ਤੈਨੂੰ ਹੋਰ ਨਾਲ ਕੀ। ਸੋ ਇਸ ਦੌਰਾਨ ਦੂਸਰੇ ਪਾਸੇ ਬੱਚਿਆਂ ਦਾ ਕੈਨੇਡਾ ਅਮਰੀਕਾ ਜਾਣ ਦਾ ਰੁਝਾਨ ਵੀ ਘਟਿਆ, ਅਤੇ ਇਸ ਸੰਬੰਧੀ ਕੈਨੇਡਾ ਦੇ ਵਿੱਚ ਵੱਧਦੀ ਬੇਰੁਜ਼ਗਾਰੀ ਜਾਂ ਆਸਟ੍ਰੇਲੀਆ ਦੇ ਵਿੱਚ ਸਖਤ ਹੋ ਰਿਹਾ ਸਟੂਡੈਂਟ ਵੀਜ਼ਿਆਂ ਨਿਯਮਾਂ ਦੇ ਕਾਰਨ ਪੰਜਾਬ ਦੀ ਜਵਾਨੀ ਹੁਣ ਵਿਦੇਸ਼ਾਂ 'ਚ ਜਾ ਕੇ ਪੜ੍ਹਨ ਜਾਂ ਕਮਾਉਣ ਦਾ ਕਰੇਜ਼ ਘਟਾ ਰਹੀ ਆ। ਬੀਤੇ ਸਾਲ ਤੱਕ ਪੰਜਾਬ ਦੇ 12ਵੀਂ ਪਾਸ ਕਰਨ ਤੋਂ ਪਹਿਲਾਂ ਵੀਜ਼ੇ ਦੀ ਤਿਆਰੀ ਲੋਕ ਸ਼ੁਰੂ ਕਰ ਦਿੰਦੇ ਸੀ, ਹੁਣ ਉਹ ਆਪਣੇ ਪੰਜਾਬ ਜਾਂ ਭਾਰਤ ਰਹਿਣ ਬਾਰੇ ਹੀ ਸੋਚਣ ਲੱਗੇ ਨੇ। ਇਹ ਇੱਕ ਅੱਛਾ ਟ੍ਰੈਂਡ ਵੀ ਹੈ ਕਿਉਂਕਿ ਮੋਢਿਆਂ 'ਤੇ ਲਾਸ਼ਾਂ ਢੋਣੀਆਂ ਬਹੁਤ ਔਖੀਆਂ ਨੇ। ਸੋ ਇਸ ਕਰਕੇ ਉੱਥੇ ਵੀ ਜਿਸ ਤਰ੍ਹਾਂ ਹੁਣ ਹਰਿੰਦਰ ਸਿੰਘ ਸਰਾਮ ਬਾਈ ਜੀ ਵਾਪਸ ਆਏ ਹੀ ਨੇ, PR ਨੇ, ਸਭ ਕੁਛ ਹੈ, ਪਰ ਇਸ ਦੌਰਾਨ ਉਹ ਕਹਿੰਦੇ ਵੀ ਇੱਥੇ ਕੰਮ ਕਰ ਲੈਣਾ ਚਾਹੀਦਾ, ਚਲੋ ਜ਼ਮੀਨ ਜਾਇਦਾਦ ਜੋ ਵੀ ਹੈਗੀ ਹੈ ਉੱਥੇ ਵੀ ਲਾਈਫ ਇੰਨੀ ਸੁਖਾਲੀ ਨਹੀਂ ਹੈ। ਸੋ ਆਈਲੈਟਸ ਬੈਂਡ ਨੂੰ ਲੈ ਕੇ ਪਰਿਵਾਰ ਅਤੇ ਸਪਾਊਸ ਨੂੰ ਬੁਲਾਉਣ ਦੀਆਂ ਜਿਹੜੀਆਂ ਬੰਦਿਸ਼ਾਂ ਉਹ ਵਧੀਆਂ ਨੇ। ਅਜਿਹੇ ਦੇ ਵਿੱਚ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਵਿੱਚ ਬੀਤੇ ਸਾਲਾਂ ਦੇ ਮੁਕਾਬਲੇ ਇਸ ਵਾਰੀ 1.5 ਤੋਂ 2 ਗੁਣਾ ਜ਼ਿਆਦਾ ਬੱਚਿਆਂ ਨੇ ਦਾਖਲੇ ਲਏ ਨੇ ਜਾਂ ਲੈ ਰਹੇ ਨੇ। ਯੂਨੀਵਰਸਿਟੀਆਂ ਦੇ ਵਿੱਚ ਵਿਦਿਆਰਥੀਆਂ ਦੀ ਸੰਖਿਆ ਨੂੰ ਦੇਖਦਿਆਂ ਸੀਟਾਂ ਵਧਾਉਣੀਆਂ ਪੈ ਰਹੀਆਂ ਨੇ, ਪਰ ਇਹਨੂੰ ਹੁਣ ਭਗਵੰਤ ਮਾਨ ਇਹ ਨਾ ਕਹਿ ਦੇਵੇ ਕਿ ਅਸੀਂ ਰਿਵਰਸ ਮਾਈਗ੍ਰੇਸ਼ਨ ਲਿਆਂਦੀ ਹੈ, ਇਹ ਮਜਬੂਰੀ ਨੂੰ ਹੋਈ ਹੈ, ਮਾਨ ਸਾਹਿਬ ਤੁਸੀਂ ਕੁਛ ਨਹੀਂ ਕੀਤਾ ਇਹਦੇ 'ਚ, ਚੰਗੀ ਗੱਲ ਹੈ। ਸੋ ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਜਿਸਟਰ KS ਕਾਹਲੋਂ ਸਾਹਿਬ ਨੇ ਦੱਸਿਆ ਕਿ ਪਿਛਲੀ ਵਾਰੀ 5800 ਸੀਟਾਂ ਦੇ ਲਈ 10,000 ਐਪਲੀਕੇਸ਼ਨ ਆਈਆਂ ਸੀ, ਇਸ ਵਾਰੀ ਸੀਟਾਂ ਵਧਾ ਦਿੱਤੀਆਂ ਗਈਆਂ ਨੇ, 6,100 ਸੀਟਾਂ ਦੇ ਵਾਸਤੇ 21,000 ਐਪਲੀਕੇਸ਼ਨ ਆਈਆਂ ਨੇ। ਤੁਸੀਂ ਹਿਸਾਬ ਲਾ ਲਓ ਕਿ ਪਿਛਲੀ ਵਾਰੀ 5800 ਸੀਟਾਂ ਸੀ, 10,000 ਐਪਲੀਕੇਸ਼ਨ ਆਈ, ਪਰ ਇਸ ਵਾਰੀ ਸੀਟਾਂ 300 ਵਧਾਈਆਂ ਗਈਆਂ ਅਤੇ ਐਪਲੀਕੇਸ਼ਨ 11,000 ਵੱਧ ਗਈਆਂ। ਮੈਂ ਫਿਰ ਰਿਪੀਟ ਕਰਦੇ ਹਾਂ ਕਿ ਡਾਟਾ ਦੇਖੋ ਕਿੰਨਾ ਬੱਚਿਆਂ 'ਚ ਰੁਝਾਨ ਵੱਧ ਰਿਹਾ। ਪਿਛਲੀ ਵਾਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਸਾਰੇ ਦਾਖਲਿਆਂ ਦੀਆਂ 5800 ਸੀਟਾਂ ਸੀ, 5,800, 200 ਘੱਟ 6,000, ਅਤੇ ਐਪਲੀਕੇਸ਼ਨ ਕਿੰਨੀਆਂ ਆਈਆਂ ਸੀ, 10,000। ਇਸ ਵਾਰੀ ਸੀਟਾਂ 300 ਵਧਾ ਦਿੱਤੀਆਂ, 5800 ਦੀ ਬਜਾਏ 6,100 ਕੀਤੀਆਂ, ਅਤੇ ਵਿਦਿਆਰਥੀ ਕਿੰਨੇ ਆਏ, 21,000। ਸੀਟਾਂ 300 ਵਧਾਈਆਂ ਅਤੇ ਪਿਛਲੇ ਸਾਲ ਨਾਲੋਂ ਵਿਦਿਆਰਥੀ ਕਿੰਨੇ ਵਧੇ, 11,000।
ਸੋ ਇਹਨਾਂ ਦੇ ਵਿੱਚੋਂ ਕਈ ਅਜਿਹੇ ਸੀ ਜੋ ਹੁਣ ਕੈਨੇਡਾ ਜਾਂ ਵਿਦੇਸ਼ ਦੀ ਹਾਈ ਲਾਈਫ ਦੇ ਕਾਰਨ ਉੱਥੇ ਜਾਣ ਦੀ ਨਹੀਂ ਸੋਚ ਰਹੇ। ਐਡਮਿਸ਼ਨ ਕੌਂਸਲਿੰਗ ਦੇ ਇੰਚਾਰਜ ਡਾਕਟਰ ਸੰਦੀਪ ਸ਼ਰਮਾ GND ਵਾਲਿਆਂ ਨੇ ਦੱਸਿਆ ਕਿ ਇੰਜੀਨੀਅਰਿੰਗ ਦੀਆਂ 571 ਸੀਟਾਂ ਦੇ ਲਈ 2420 ਐਪਲੀਕੇਸ਼ਨ ਆਈਆਂ ਅਤੇ ਬੀਤੇ ਸਾਲ ਇਹਨਾਂ 571 ਸੀਟਾਂ ਵਾਸਤੇ ਕਿੰਨੀਆਂ ਐਪਲੀਕੇਸ਼ਨ ਆਈਆਂ ਸੀ 800 ਅਤੇ ਇਸ ਵਾਰੀ 3 ਗੁਣਾ ਜ਼ਿਆਦਾ ਆਈਆਂ ਨੇ 2420 3 ਗੁਣਾ ਤੋਂ ਵੀ ਜ਼ਿਆਦਾ ਨੇ ਮਤਲਬ 1620 ਐਪਲੀਕੇਸ਼ਨਾਂ ਐਕਸਟਰਾ ਆਈਆਂ ਇੰਜੀਨੀਅਰਿੰਗ ਦੇ ਵਿੱਚ ਅਤੇ ਇਸ ਸਾਲ ਬੀਟੈਕ ਦੀਆਂ 240 ਸੀਟਾਂ ਲਈ 330 ਐਪਲੀਕੇਸ਼ਨ ਆਈਆਂ ਇਹ ਫੁੱਲ ਹੋ ਗਈਆਂ ਹਾਲਾਂਕਿ 375 ਸਟੂਡੈਂਟ ਨੇ ਜਿਹੜੇ ਉਹ ਵੇਟਿੰਗ 'ਤੇ ਵੀ ਰੱਖੇ ਗਏ ਨੇ। ਸੋ ਇਸ ਸਿਲਸਿਲੇ 'ਚ ਤੁਸੀਂ ਵੇਖੋ ਕਿ ਵਿਦਿਆਰਥੀਆਂ ਦੇ ਵਿੱਚ ਪੰਜਾਬ ਪ੍ਰਤੀ ਲਗਾਅ ਵਧਿਆ ਇਹਨੂੰ ਭਾਵੇਂ ਮਜਬੂਰੀ ਕਹਿ ਲਓ ਭਾਵੇਂ ਕੁਛ ਵੀ ਕਹਿ ਲਓ ਇੰਨੇ ਇੰਨੇ 30-30 40-40 50-50 ਲੱਖ ਰੁਪਈਆ ਲਾ ਕੇ ਜਾਣਾ ਕੋਈ ਚੰਗਾ ਵੀ ਨਹੀਂ ਹੈ ਅਤੇ ਇਸ ਸਿਲਸਿਲੇ 'ਚ ਉੱਥੇ ਵੀ ਲਾਈਫ ਇੰਨੀ ਸੁਖਾਲੀ ਨਹੀਂ ਇੱਥੇ ਘਰ ਹੈ ਕੋਠੀਆਂ ਨੇ ਕਾਰਾਂ ਨੇ ਜੇ ਬੰਦਾ ਨਹੀਂ ਵੀ ਕੰਮ ਕਰੂ ਗੁਜ਼ਾਰੇ ਜੋਗਾ ਕੋਈ ਕੰਮ ਕਰ ਲੂ ਤਾਂ ਘੱਟੋ ਘੱਟ ਬੱਚਿਆਂ ਦਾ ਰਹੂਗਾ। ਜਿਹੜਾ ਅਸੀਂ ਕਹਿੰਦੇ ਕਿ ਬਾ ਇੱਥੇ ਡਰੱਗ ਬਹੁਤ ਹੈ ਇੱਥੇ ਲਾਅ ਐਂਡ ਆਰਡਰ ਖਰਾਬ ਹੈ ਅਤੇ ਲਾਅ ਐਂਡ ਆਰਡਰ ਤਕਰੀਬਨ ਅਮੈਰੀਕਾ ਜਾਂ ਕੈਨੇਡਾ 'ਚ ਮਾਮੂਲੀ ਉਹ ਫਰਕ ਹੈ। ਆਹ ਤੁਸੀਂ ਵੇਖੋ ਕਿ ਕੱਲ੍ਹ ਐਡਮਿੰਟਨ ਦੇ ਵਿੱਚ ਲੜਕੀਆਂ ਸਮੇਤ 6 ਲੋਕ ਅਰੈਸਟ ਹੋਏ 19-19 ਸਾਲ ਉਮਰ ਹੈ ਉਹਨਾਂ ਬੱਚਿਆਂ ਦੀ ਯਾਰ ਕ੍ਰਾਈਮ ਰੇਟ ਉੱਥੇ ਵੀ ਵੱਧ ਰਿਹਾ ਹਾਲਾਤ ਉੱਥੇ ਵੀ ਮਾੜੇ ਨੇ। ਸੋ ਇਸ ਕਰਕੇ ਜਿਹਨੇ ਵੀ ਵਿਦੇਸ਼ ਜਾਣ ਦਾ ਸੋਚਿਆ ਇੱਥੇ ਵੀ ਕੁਛ ਹੋ ਸਕਦਾ ਇੱਥੇ ਵੀ ਕੰਮ ਕਰੋ ਜੋ ਅਸੀਂ ਉੱਥੇ ਕੰਮ ਕਰਦੇ ਹਾਂ ਉਹ ਕੰਮ ਇੱਥੇ ਕਰ ਲਈਏ ਤਾਂ ਕੋਈ ਮਾੜਾ ਨਹੀਂ ਹੈ। ਅਤੇ ਇਸ ਮੁਤਲਕ ਜਿਹੜੀ ਇਹ ਰਿਪੋਰਟ ਦੱਸਦੀ ਹੈ ਕਿ ਇਹ ਜਿਸ ਤਰ੍ਹਾਂ ਮਤਲਬ ਇੰਜੀਨੀਅਰਿੰਗ ਦੀਆਂ 571 ਸੀਟਾਂ ਦੇ ਵਾਸਤੇ 2420 ਐਪਲੀਕੇਸ਼ਨ ਆਈਆਂ ਜਿਹੜੀਆਂ ਕਿ ਪਿਛਲੇ ਸਾਲ ਸਿਰਫ 800 ਐਪਲੀਕੇਸ਼ਨ ਆਈਆਂ ਸੀ ਜਾਣੀ 1620 ਐਪਲੀਕੇਸ਼ਨ ਐਕਸਟਰਾ ਆਈਆਂ। ਅਤੇ ਇਸੇ ਤਰ੍ਹਾਂ ਬੀ ਫਾਰਮਾ ਲਾਅ ਦੇ ਵਿੱਚ ਵੀ ਸਟੂਡੈਂਟ ਵੇਟਿੰਗ ਦੇ ਵਿੱਚ ਰੱਖਣੇ ਪਏ। MBA MCOM MSc BA ਸੋਸ਼ਲ ਸਾਇੰਸ ਮਾਸਟਰ ਆਫ ਟੂਰਿਜ਼ਮ ਐਂਡ ਟਰੈਵਲ ਮੈਨੇਜਮੈਂਟ ਮਾਸਟਰ ਆਫ ਹੋਟਲ ਮੈਨੇਜਮੈਂਟ ਐਂਡ ਜਰਨਲਿਜ਼ਮ ਬੈਚਲਰ ਆਫ ਬਿਜ਼ਨਸ ਐਡਮਿਨ ਦੇ ਲਈ 1161 ਸੀਟਾਂ ਨੇ ਜਿਨ੍ਹਾਂ ਦੇ ਲਈ 3400 ਐਪਲੀਕੇਸ਼ਨ ਅੰਮ੍ਰਿਤਸਰ ਗੁਰੂ ਨਾਨਕ ਦੇਵ ਯੂਨੀਵਰਸਿਟੀਆਂ ਦੇ ਵਿੱਚ ਬੱਚਿਆਂ ਨੇ ਟੈਸਟ ਕਲੀਅਰ ਕੀਤਾ। ਅਤੇ ਹਾਲਾਂਕਿ ਬੱਚਿਆਂ ਦੀ ਇਹ ਸੰਖਿਆ ਪਿਛਲੇ ਸਾਲ ਟੈਸਟ ਕਲੀਅਰ ਕਰਨ ਵਾਲਿਆਂ ਦੀ ਜਿਹੜੀ ਹੈ ਉਹ 1500 ਤੋਂ ਵੀ ਘੱਟ ਸੀਗੀ ਇਸ ਵਾਰੀ 3400 ਨੇ ਟੈਸਟ ਕਲੀਅਰ ਕੀਤਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐਡਮਿਸ਼ਨ ਇੰਚਾਰਜ ਡਾਕਟਰ ਗੁਲਸ਼ਨ ਬਾਂਸਲ ਨੇ ਦੱਸਿਆ ਕਿ ਗ੍ਰੈਜੂਏਸ਼ਨ ਦੀਆਂ ਸਾਰੀਆਂ 1800 ਸੀਟਾਂ ਫੁੱਲ ਹੋ ਗਈਆਂ ਨੇ। ਹਰ ਸਟ੍ਰੀਮ ਦੇ ਵਿੱਚ ਸਟੂਡੈਂਟ ਵੇਟਿੰਗ ਦੇ ਵਿੱਚ ਰੱਖੇ ਗਏ ਨੇ। ਪਿਛਲੇ ਸਾਲ ਇਹਨਾਂ ਸੀਟਾਂ ਦੇ ਲਈ 9000 ਐਪਲੀਕੇਸ਼ਨ ਆਈਆਂ ਸੀ ਪਰ ਇਸ ਵਾਰੀ 15000 ਐਪਲੀਕੇਸ਼ਨ ਆਈਆਂ ਨੇ। ਅਤੇ ਸਭ ਤੋਂ ਜ਼ਿਆਦਾ BCOM ਆਨਰਸ ਦੇ ਵਿੱਚ ਬੀਤੇ ਸਾਲ 800 ਐਪਲੀਕੇਸ਼ਨ ਆਈਆਂ ਸੀ ਇਸ ਵਾਰੀ 2000 ਐਪਲੀਕੇਸ਼ਨ ਅਰਜ਼ੀਆਂ BCOM ਆਨਰਸ ਲਈ ਆਈਆਂ ਨੇ। ਸੋਸ਼ਲ ਸਾਇੰਸ ਦੇ ਵਿੱਚ 950 ਐਪਲੀਕੇਸ਼ਨ ਆਈਆਂ ਸੀਗੀਆਂ ਇਸ ਵਾਰੀ 950 ਐਪਲੀਕੇਸ਼ਨ ਸੀ ਇਸ ਵਾਰੀ 1600 ਦੇ ਕਰੀਬ ਐਪਲੀਕੇਸ਼ਨ ਇਸ ਮੁਤਲਕ ਆਈਆਂ। ਫਾਰਮੇਸੀ ਦੀਆਂ 60 ਸੀਟਾਂ ਦੇ ਵਾਸਤੇ ਬੀਤੇ ਸਾਲ ਪੰਜਾਬੀ ਯੂਨੀਵਰਸਿਟੀ ਦੇ ਵਿੱਚ 675 ਅਰਜ਼ੀਆਂ ਆਈਆਂ ਸੀ ਇਸ ਵਾਰੀ 1025 ਅਰਜ਼ੀਆਂ ਆਈਆਂ 60 ਸੀਟਾਂ ਦੇ ਵਾਸਤੇ। ਤੁਸੀਂ ਵੇਖੋ ਕਿ 400 ਦੇ ਕਰੀਬ ਅਰਜ਼ੀਆਂ ਜ਼ਿਆਦਾ ਆਈਆਂ ਫਾਰਮੇਸੀ ਲਈ। ਇਸ ਤਰ੍ਹਾਂ MBA 5-year ਕੋਰਸ ਦੇ ਵਾਸਤੇ 1000 ਐਪਲੀਕੇਸ਼ਨ ਆਏ ਜੋ ਬੀਤੇ ਸਾਲ ਸਿਰਫ 450 ਸੀਗੇ। ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਦੇ ਮੁਤਾਬਕ ਜੂਨ 2024 ਦੇ ਵਿੱਚ ਇੱਥੇ ਬੇਰੁਜ਼ਗਾਰੀ ਦਰ
12.6% ਤੱਕ ਪਹੁੰਚ ਗਈ ਹੈ, ਜੋ ਬੀਤੇ 10 ਸਾਲਾਂ ਦੇ ਵਿੱਚ ਸਭ ਤੋਂ ਘੱਟ ਹੈ। ਅਤੇ ਹੁਣ ਨੌਜਵਾਨ ਬੇਰੁਜ਼ਗਾਰੀ ਦੀ ਦਰ 13.6% ਰਹੀ ਹੈ, ਜੋ ਕਰੋਨਾ ਕਾਲ ਨੂੰ ਛੱਡ ਕੇ 2016 ਤੋਂ ਬਾਅਦ ਸਭ ਤੋਂ ਜ਼ਿਆਦਾ ਆ। ਕੈਨੇਡਾ ਦੇ ਵਿੱਚ 2023 ਦੇ ਵਿੱਚ ਜਾਰੀ ਕੀਤੇ ਗਏ ਕੁੱਲ ਸਟੱਡੀ ਵੀਜ਼ਿਆਂ ਦੇ ਵਿੱਚ 37% ਵੀਜ਼ੇ ਭਾਰਤੀ ਵਿਦਿਆਰਥੀਆਂ ਨੂੰ ਮਿਲੇ ਸਨ, ਲੇਕਿਨ ਇਸ ਵਾਰੀ ਸੰਖਿਆ ਬਹੁਤ ਘੱਟ ਹੈ। 2022 ਦੇ ਵਿੱਚ ਕੁੱਲ 2,25,450 ਸਟੂਡੈਂਟ ਵੀਜ਼ੇ ਭਾਰਤੀਆਂ ਨੂੰ ਮਿਲੇ ਸਨ, ਇਸ ਵਾਰੀ ਇਹ 1,36,000 ਇਕੱਲੇ ਪੰਜਾਬ ਦੇ ਸੀਗੇ ਇਹਨਾਂ 'ਚ। ਯਾਨੀ 2022 ਦੇ ਵਿੱਚ 2,25,450 ਵੀਜ਼ਿਆਂ ਦੇ ਵਿੱਚੋਂ 1,36,000 ਵੀਜ਼ੇ ਇਕੱਲੇ ਪੰਜਾਬ ਦੇ ਸੀਗੇ। ਹਾਲਾਂਕਿ 2023 ਦੇ ਵਿੱਚ 3,19,000 ਭਾਰਤੀਆਂ ਨੂੰ ਸਟੱਡੀ ਵੀਜ਼ਾ ਮਿਲਿਆ ਗਿਆ। ਕੈਨੇਡਾ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ 2024 ਦੇ ਵਿੱਚ ਦੁਨੀਆ ਭਰ ਦੇ ਵਿੱਚੋਂ 6,06,000 ਸਟੱਡੀ ਵੀਜ਼ੇ ਐਪਲੀਕੇਸ਼ਨ ਆਉਣ ਦੀ ਉਮੀਦ ਹੈ, ਅਤੇ ਲੇਕਿਨ ਕੈਨੇਡਾ ਸਰਕਾਰ ਨੇ 3,60,000 ਵਿਦਿਆਰਥੀਆਂ ਨੂੰ ਵੀਜ਼ੇ ਦੇਣ ਦਾ ਫੈਸਲਾ ਕੀਤਾ। ਯਾਨੀ 6,06,000 ਅਰਜ਼ੀਆਂ ਆਉਣ ਦੀ ਉਮੀਦ ਹੈ, ਪਰ 3,60,000 ਵਿਦਿਆਰਥੀਆਂ ਨੂੰ ਵੀਜ਼ਾ ਦੇਣ ਦਾ ਫੈਸਲਾ ਕੈਨੇਡਾ ਨੇ ਕੀਤਾ। ਇਸ ਵਿੱਚ 2023 ਦੇ ਅੰਕੜਿਆਂ ਦੇ ਵਿੱਚ ਭਾਰਤੀ ਵਿਦਿਆਰਥੀਆਂ ਦਾ ਅਨੁਪਾਤ ਵੇਖਿਆ ਜਾਵੇ ਤਾਂ 1,33,200 ਨੂੰ ਹੀ ਕੈਨੇਡਾ ਦਾ ਵੀਜ਼ਾ ਮਿਲਿਆ ਸੀ। ਇਸ ਸੰਬੰਧੀ ਜਿਹੜੇ ਅੰਕੜੇ ਨੇ ਕਿ ਭਾਰਤ ਵਿੱਚ ਹਰ ਸਾਲ ਕਿੰਨੇ ਬੱਚੇ ਕਿਸ ਦੇਸ਼ ਨੂੰ ਗਏ ਨੇ, 2019 ਦੇ ਵਿੱਚ ਭਾਰਤ ਤੋਂ 1,32,620 ਵਿਦਿਆਰਥੀ ਕੈਨੇਡਾ ਗਏ, 73,800 ਆਸਟ੍ਰੇਲੀਆ ਗਏ, 36,612 UK ਗਏ ਅਤੇ 1,22,535 ਅਮੈਰੀਕਾ ਗਏ। ਭਾਰਤ ਤੋਂ ਜ਼ਿਆਦਾ ਸਾਊਥ ਇੰਡੀਅਨ ਹੀ ਅਮੈਰੀਕਾ ਜਾਂਦੇ ਨੇ। ਯਾਨੀ ਜੇ ਕੈਨੇਡਾ ਨੂੰ 1,32,620 ਗਏ ਤਾਂ ਅਮੈਰੀਕਾ ਨੂੰ 1,22,535 ਗਏ ਸੀ 2019 ਦੇ ਵਿੱਚ। 2020 ਦੇ ਵਿੱਚ 43,624, ਕਿਉਂਕਿ ਕਰੋਨਾ ਆ ਗਿਆ ਸੀ, ਵਿਦਿਆਰਥੀ ਕੈਨੇਡਾ ਗਏ ਇੰਡੀਆ ਤੋਂ, 33,629 ਆਸਟ੍ਰੇਲੀਆ ਗਏ ਅਤੇ 44,901 UK ਗਏ। ਯਾਨੀ ਕਿ ਕੈਨੇਡਾ ਨਾਲੋਂ UK ਵੱਧ ਗਏ ਸੀ 2020 ਦੇ ਵਿੱਚ, ਅਤੇ 62,415 ਅਮੈਰੀਕਾ ਗਏ ਸਨ 2020 ਦੇ ਵਿੱਚ ਕਰੋਨਾ ਦੇ ਦੌਰਾਨ। ਅਤੇ 2021 ਦੇ ਵਿੱਚ 1,02,688 ਵਿਦਿਆਰਥੀ ਭਾਰਤ ਤੋਂ ਕੈਨੇਡਾ ਗਏ। ਆਸਟ੍ਰੇਲੀਆ ਦੇ ਵਿੱਚ ਬਹੁਤ ਘੱਟ, 9,950, ਯਾਨੀ 50 ਘੱਟ 9,000, ਅਤੇ UK ਦੇ ਵਿੱਚ ਕਾਫੀ ਗਏ 77,855, ਅਤੇ ਅਮੈਰੀਕਾ ਦੇ ਵਿੱਚ ਵੀ ਬਹੁਤ ਘੱਟ ਗਏ 25,115 2021 ਦੇ ਵਿੱਚ ਭਾਰਤੀ ਵਿਦਿਆਰਥੀ ਅਮੈਰੀਕਾ ਗਏ। 2022 ਦੇ ਵਿੱਚ 2,25,450 ਵਿਦਿਆਰਥੀ ਕੈਨੇਡਾ ਗਏ, 52,249 ਆਸਟ੍ਰੇਲੀਆ ਗਏ, 1,39,152 UK ਗਏ, 1,40,000 ਭਾਰਤੀ ਸਟੂਡੈਂਟ ਅਮੈਰੀਕਾ ਗਿਆ 2022 ਦੇ ਵਿੱਚ। 2023 ਦੇ ਵਿੱਚ ਇਹ ਇਜ਼ਾਫਾ ਕਾਫੀ ਹੋਇਆ, ਸਾਰੇ ਹੀ ਦੇਸ਼ਾਂ 'ਚ ਭਾਰਤ ਤੋਂ ਕਾਫੀ ਵਿਦਿਆਰਥੀ ਗਏ, ਲੇਕਿਨ ਇਸ ਵਾਰੀ 24 'ਚ ਬਹੁਤ ਵਿਦਿਆਰਥੀ ਘੱਟ ਜਾਣੇ ਆ। 2023 ਦੇ ਵਿੱਚ 3,19,900 ਵਿਦਿਆਰਥੀ ਕੈਨੇਡਾ ਗਏ ਇੰਡੀਆ ਤੋਂ, ਜਦੋਂ ਕਿ ਆਸਟ੍ਰੇਲੀਆ ਦੀ ਤਾਦਾਦ ਬਹੁਤ ਘਟੀ ਹੈ, ਸਿਰਫ 27,374 ਆਸਟ੍ਰੇਲੀਆ ਗਏ, ਕਿਉਂਕਿ ਆਸਟ੍ਰੇਲੀਆ ਨੇ ਨਿਯਮ ਸਖਤ ਕਰ ਦਿੱਤੇ। 1,20,110 UK ਗਏ, 1,99,861 ਅਮੈਰੀਕਾ ਗਏ। ਪਰ ਇਸ ਸਿਲਸਿਲੇ ਵਿੱਚ ਤੁਸੀਂ ਵੇਖੋ ਕਿ ਜਿਵੇਂ ਅਰਜ਼ੀਆਂ ਦੀ ਤਾਦਾਦ ਵਧੀ ਹੈ, ਅਤੇ ਓਵਰਆਲ ਜੇ ਦੇਖਿਆ ਜਾਵੇ ਤਾਂ ਇਸ ਸਿਲਸਿਲੇ ਵਿੱਚ, ਇਸ ਵਰਤਾਰੇ ਦੇ ਵਿੱਚ, ਜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਰਿਪੋਰਟਾਂ 'ਤੇ ਆਪਾਂ ਨਜ਼ਰ ਮਾਰੀਏ, ਉਹ ਰਿਪੋਰਟਾਂ ਤੋਂ ਖੁਲਾਸਾ ਹੁੰਦਾ ਕਿ ਦੁੱਗਣੇ ਨਾਲੋਂ ਵੀ ਵੱਧ
ਮਤਲਬ ਐਪਲੀਕੇਸ਼ਨ ਨੇ ਜਿਹੜੀਆਂ ਉਹ ਇਸ ਵਾਰੀ ਵਿਦਿਆਰਥੀਆਂ ਦੀਆਂ ਆ ਰਹੀਆਂ ਨੇ। ਜਿਵੇਂ ਅੰਮ੍ਰਿਤਸਰ ਯੂਨੀਵਰਸਿਟੀ ਦੇ ਵਿੱਚ ਪਿਛਲੇ ਵਰੇ 5800 ਸੀਟਾਂ ਵਾਸਤੇ 10,000 ਐਪਲੀਕੇਸ਼ਨ ਆਈਆਂ ਸੀ, ਇਸ ਵਾਰੀ ਸੀਟਾਂ ਵਧਾਉਣੀਆਂ ਪਈਆਂ, ਸੀਟਾਂ 300 ਵਧਾ ਦਿੱਤੀਆਂ ਗਈਆਂ, 5800 ਦੀ ਬਜਾਏ 6,110 ਸੀਟਾਂ, ਲੇਕਿਨ ਅਰਜ਼ੀਆਂ 21,000 ਦੇ ਕਰੀਬ ਆ ਗਈਆਂ, ਮਤਲਬ ਦੁੱਗਣੀਆਂ ਤੋਂ ਵੀ ਜ਼ਿਆਦਾ। ਸੋ ਇਸ ਕਰਕੇ ਇਹ ਰੁਝਾਨ ਹੈ। ਸੋ ਆਉਣ ਵਾਲੇ ਸਮੇਂ ਜਿਹੜਾ ਪੰਜਾਬ ਸੁੰਨਾ ਸੁੰਨਾ ਲੱਗਦਾ ਨਾ, ਉਹ ਘਟੇਗਾ। ਸੋ ਇਸ ਗੱਲੋਂ ਚੰਗਾ ਹੀ ਹੈ, ਪੰਜਾਬ ਵਸਦਾ ਗੁਰਾਂ ਦੇ ਨਾਂ 'ਤੇ। ਜਿਵੇਂ ਉਹਦਾ ਨਾ ਸੱਗੀ ਫਿਲਮ 'ਚ ਬੋਲੀਆਂ ਸੀ, ਗਿੱਲ ਸੁਰਜੀਤ ਦੀਆਂ ਲਿਖੀਆਂ ਸੀ ਕਿ ਵਸੀਏ ਸ਼ਰੀਕਾਂ ਨਾਲ ਕਿਉਂ ਮਰੀਏ, ਹੈ ਨਾ, ਬਹੁਤ ਸੋਹਣੀ ਬੋਲੀ ਸੀ। ਜਿਵੇਂ ਨਾਭੇ ਅਤੇ ਪਟਿਆਲੇ ਦੇ ਰਾਜਿਆਂ ਦੀ ਜਦੋਂ ਲੜਾਈ ਹੋਈ ਨਾ, ਅਤੇ ਉਦੋਂ ਇਹ ਬੋਲੀ ਚੱਲੀ ਸੀ ਕਿ ਵਸਣਾ ਸ਼ਰੀਕਾਂ ਨਾਲ ਨਾਭੇ ਦੀ ਸਰਦਾਰੀ। ਅਤੇ ਜਿਹੜੇ ਸਾਡੇ ਪੰਜਾਬ ਦੇ ਸ਼ਰੀਕ ਪੈਦਾ ਹੋ ਰਹੇ ਨੇ, ਉਹ ਭਾਵੇਂ ਦਿੱਲੀ ਵਾਲੇ ਹੋਣ ਅਤੇ ਭਾਵੇਂ ਪਾਕਿਸਤਾਨ ਵਾਲੇ ਹੋਣ, ਭਾਵੇਂ ਸਾਡੇ ਅੰਦਰੂਨੀ ਗੁਰੂ ਸਾਹਿਬ ਦੇ ਫਲਸਫੇ ਦੇ ਕੁਛ ਵਿਰੋਧੀ ਹੋਣ, ਜਿਹੜੇ ਕਹਿੰਦੇ ਨੇ ਪੰਜਾਬ ਉੱਜੜੇ ਅਤੇ ਸਾਨੂੰ ਇੱਥੇ ਅੰਬਾਨੀਆਂ ਅੰਡਾਨੀਆਂ ਦਾ ਬੂਟਾ ਲਾਉਣ ਦਾ ਮੌਕਾ ਮਿਲੇ, ਉਹਨਾਂ ਲਈ ਇਹ ਚੇਤਾਵਨੀ ਵੀ ਹੈ ਕਿ ਭਾਈ ਪੰਜਾਬ ਫਿਰ ਪੰਜਾਬ ਦੇ ਵਿੱਚ ਵਸਣ ਲੱਗਾ, ਇੱਕ ਚੰਗਾ ਟਰੈਂਡ ਹੈ। ਵਿਦੇਸ਼ਾਂ ਤੋਂ ਲਾਸ਼ਾਂ ਢੋਣੀਆਂ ਬਹੁਤ ਔਖੀਆਂ ਨੇ। ਜਿਸ ਤਰ੍ਹਾਂ 5 ਸਾਲਾਂ ਦੇ ਵਿੱਚ 600 ਦੇ ਕਰੀਬ ਵਿਦਿਆਰਥੀਆਂ ਦੀ ਵਿਦੇਸ਼ਾਂ 'ਚ ਮੌਤ ਹੋਈ ਹੈ, ਇਹ ਟਰੈਂਡ ਮਾੜਾ ਹੈ। ਹਾਲਾਂਕਿ ਚਲੋ ਮੰਨਿਆ ਜੇ ਵਿਦੇਸ਼ ਗਏ ਨੇ, ਉਹਨਾਂ 'ਚੋਂ ਕੁਝ ਨਾਲ ਹਵੀ ਨਵੀ ਵਾਪਰਨੀ ਹੁੰਦੀ ਹੈ, ਮੋੜੀ ਨਹੀਂ ਜਾ ਸਕਦੀ, ਪਰ ਇਹ ਜਿਹੜਾ ਟਰੈਂਡ ਹੈ ਨਾ, ਇਹ ਕਿਤੇ ਨਾ ਕਿਤੇ ਸੁਚੇਤ ਕਰਦਾ। ਐਸੋਸੀਏਸ਼ਨ ਆਫ ਵੀਜ਼ਾ ਐਂਡ ਆਈਲੈਟ ਸੈਂਟਰ ਦੇ ਪ੍ਰਧਾਨ ਵਿਕਰਮ ਝਵਾਲ ਦਾ ਕਹਿਣਾ ਕਿ ਅੰਮ੍ਰਿਤਸਰ ਦੇ ਵਿੱਚ ਸਟੂਡੈਂਟ ਵੀਜ਼ੇ ਦੀਆਂ ਐਪਲੀਕੇਸ਼ਨ 60% ਤੱਕ ਘੱਟ ਗਈਆਂ ਨੇ। ਪੰਜਾਬ ਤੋਂ ਸਭ ਤੋਂ ਜ਼ਿਆਦਾ ਸਟੂਡੈਂਟ ਕੈਨੇਡਾ ਜਾਂਦੇ ਸਨ, ਅਤੇ ਜਿਸ ਤਰ੍ਹਾਂ ਉੱਥੇ ਕੈਨੇਡਾ ਦੇ ਵਿੱਚ ਮੰਦੀ ਅਤੇ ਬੇਰੁਜ਼ਗਾਰੀ ਦਾ ਦੌਰ ਹੈ, ਅਜਿਹੇ ਦੇ ਵਿੱਚ ਵਿਦਿਆਰਥੀ ਉੱਥੇ ਜਾਣ ਤੋਂ ਬਚ ਰਹੇ ਨੇ, ਅਤੇ ਹੁਣ ਸਟੂਡੈਂਟ ਉਹੀ ਆਪਣੀਆਂ ਫਾਈਲਾਂ ਲਵਾ ਰਹੇ ਨੇ ਜਿਨ੍ਹਾਂ ਕੋਲ ਜਾਂ ਤਾਂ ਪੈਸਾ ਹੀ ਬਹੁਤ ਹੈ, ਜਾਂ ਫਿਰ ਜਿਨ੍ਹਾਂ ਨੇ ਸਹੁੰ ਹੀ ਖਾਧੀ ਹੈ ਕਿ ਕੈਨੇਡਾ ਜਾਣਾ। ਇਸ ਸੰਬੰਧੀ ਜਿਹੜੇ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਦਾਖਲਾ ਲੈਣ ਲਈ ਪਹੁੰਚੇ ਇੱਕ ਪੰਜਾਬੀ ਵਿਦਿਆਰਥੀ ਕਰਮਵੀਰ ਸਿੰਘ ਨੇ ਆਖਿਆ ਕਿ ਉਹਨਾਂ ਦੇ ਪਰਿਵਾਰ ਦੇ ਕਈ ਲੋਕ ਆਸਟ੍ਰੇਲੀਆ ਦੇ ਵਿੱਚ ਨੇ, ਉਹ ਚਾਹੁੰਦੇ ਨੇ ਕਿ ਮੈਂ ਵੀ ਆਸਟ੍ਰੇਲੀਆ ਸੈਟਲ ਹੋਵਾਂ, ਪਰ ਕਹਿੰਦੇ ਹੁਣ 35-40 ਲੱਖ ਰੁਪਏ ਲਾ ਕੇ ਉੱਥੇ ਜਾਵਾਂਗਾ, ਫਿਰ 20 ਸਾਲ ਮਜ਼ਦੂਰੀ ਕਰਕੇ 40-42 ਸਾਲ ਦੀ ਉਮਰ ਤੱਕ ਆਪਣਾ ਬਿਜ਼ਨਸ ਸ਼ੁਰੂ ਕਰਨ ਦੇ ਲਾਇਕ ਹੋਵਾਂਗਾ, ਪੰਜਾਬ ਦੇ ਵਿੱਚ 20-25 ਲੱਖ ਰੁਪਏ ਦੀ ਇਨਵੈਸਟਮੈਂਟ ਕਰਕੇ ਆਪਣਾ ਬਿਜ਼ਨਸ ਸ਼ੁਰੂ ਕਰਾਂਗਾ, ਅਤੇ 5 ਸਾਲ ਦੇ ਵਿੱਚ ਮੈਂ ਆਸਾਨੀ ਨਾਲ ਸਟੈਂਡ ਵੀ ਕਰ ਜਾਵਾਂਗਾ, ਕਿਉਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਆ, ਆਪਣੇ ਪ੍ਰੋਡਕਟ ਦਾ ਪ੍ਰਚਾਰ ਕਰਕੇ ਦੁਨੀਆ ਭਰ ਦੇ ਵਿੱਚ ਤੁਸੀਂ ਇਸ ਨੂੰ ਵੇਚ ਸਕਦੇ ਹੋ। ਇਹ ਇੱਕ ਪੰਜਾਬੀ ਗੱਭਰੂ ਕਰਨਵੀਰ ਦੇ ਵਿਚਾਰ ਨੇ। ਸੋ ਬਿਲਕੁਲ, ਹੁਣ 40 ਲੱਖ ਰੁਪਈਆ ਲਾ ਕੇ 40-42 ਸਾਲ ਦੀ ਉਮਰ ਤੱਕ ਉਹ ਸੈੱਟ ਹੋਏਗਾ, ਅਤੇ ਫਿਰ ਉੱਥੇ ਸਾਰੀ ਉਮਰ ਘਰ ਲੈਣ ਵਾਸਤੇ ਨਿਕਲ ਜਾਏਗੀ। ਸੋ ਇਸ ਮੁਤਲਕ ਕਿਤੇ ਨਾ ਕਿਤੇ ਸਮਝਣਾ ਚਾਹੀਦਾ ਕਿ ਸਮੇਂ ਦਾ ਸੱਚ ਕੀ ਹੈ। ਸੋ ਇਸ ਸੰਬੰਧੀ ਇਹ ਜਿਹੜੀਆਂ ਸਥਿਤੀਆਂ ਨੇ, ਉਸ ਮੁਤਾਬਕ ਜਿਸ ਤਰ੍ਹਾਂ ਕੈਨੇਡਾ ਨੇ ਸਟੂਡੈਂਟ ਵੀਜ਼ਾ ਸੰਖਿਆ 360,000 ਤੱਕ ਸੀਮਤ ਕਰ ਦਿੱਤੀ ਹੈ, ਪਿਛਲੇ ਸਾਲ ਨਾਲੋਂ 35% ਘੱਟ ਹੈ। GIC ਜਿਹੜੀ ਗਰਾਂਟਡ ਇਨਵੈਸਟਮੈਂਟ ਸਰਟੀਫਿਕੇਟ ਹੈ, ਉਸ ਦੇ ਤਹਿਤ ਪਹਿਲਾਂ ਕੈਨੇਡਾ ਦੇ ਬੱਚੇ ਨੂੰ ਬੈਂਕ ਦਾ ਖਾਤਾ ਖੁਲਾ ਕੇ 6.25 ਲੱਖ ਰੁਪਏ ਜਾਣੀ ਕਿ $10,200 ਜਮ੍ਹਾਂ ਕਰਵਾਉਣੇ ਪੈਂਦੇ ਸੀ। 1 ਜਨਵਰੀ 2024 ਤੋਂ ਇਹ ਰਕਮ 6 ਲੱਖ ਦੀ ਬਜਾਏ 13 ਲੱਖ ਕਰ ਦਿੱਤੀ ਹੈ GIC, ਕਿ ਪੈਸਾ ਤੁਹਾਡੇ ਕੋਲ 13 ਲੱਖ ਖਾਤੇ 'ਚ ਹੋਣਾ ਚਾਹੀਦਾ। ਓਪਨ ਵਰਕ ਪਰਮਿਟ ਡਾਕਟਰੇਲ ਅਤੇ ਮਾਸਟਰਸ ਕਰ ਰਹੇ ਸਟੂਡੈਂਟ ਦੇ ਲਈ ਸਪਾਊਸ ਨੂੰ ਹੀ ਇਹ ਮਿਲੇਗਾ।
ਆਸਟ੍ਰੇਲੀਆ ਅੰਬੈਸੀ ਨੇ ਵੀ 35,000 ਰੁਪਏ ਜਾਣੀ 700 ਡਾਲਰ ਦੇ ਵਿੱਚ 85,000 ਜਾਣੀ ਕਿ 1,600 ਡਾਲਰ ਕਰ ਦਿੱਤਾ ਹੈ, ਅਤੇ 700 ਤੋਂ 16,000 ਡਾਲਰ ਅੰਬੈਸੀ ਫੀਸ ਕਰ ਦਿੱਤੀ ਹੈ। ਜੋ ਲਿਵਿੰਗ ਐਕਸਪੈਂਸਿਸ ਨੇ ਉਹ ਵੀ 16.5 ਲੱਖ ਜਾਣੀ ਕਿ 30,000 ਡਾਲਰ ਦੇਣੇ ਪੈਂਦੇ ਨੇ ਫੀਸ ਅਲੱਗ ਤੋਂ, ਯਾਨੀ ਕਿ ਕੁੱਲ ਮਿਲਾ ਕੇ 35-40 ਲੱਖ ਦਾ ਆਸਟ੍ਰੇਲੀਆ ਦਾ ਖਰਚਾ। ਸੋ ਪੇਰੈਂਟਸ ਦੀ ਸਾਲਾਨਾ ਆਮਦਨ ਵੀ 13 ਲੱਖ ਜ਼ਰੂਰੀ ਆਸਟ੍ਰੇਲੀਆ ਨੇ ਕਰਾ ਰਹੀ ਹੈ। ਅਤੇ ਅਮੈਰੀਕਾ ਦੇ ਵਿੱਚ ਸਟੱਡੀ ਅਪੁਆਇੰਟਮੈਂਟ ਮਿਲਣਾ ਹੀ ਸਭ ਤੋਂ ਔਖਾ ਹੋ ਗਿਆ, ਸਟੱਡੀ ਵੀਜ਼ਾ ਅਪੁਆਇੰਟਮੈਂਟ ਹੀ ਨਹੀਂ ਮਿਲਦੀਆਂ। ਅਤੇ ਇਸੇ ਦੌਰਾਨ ਯੂਕੇ ਨੇ ਵੀ ਸਟੱਡੀ ਦੇ ਦੌਰਾਨ ਵਿਦਿਆਰਥੀਆਂ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਨਹੀਂ ਬੁਲਾ ਸਕਦਾ, ਅਤੇ ਵੀਜ਼ਾ ਫੀਸ 39,000 ਤੋਂ ਵਧਾ ਕੇ 50,000 ਕੀਤੀ ਗਈ ਹੈ। ਇਮੀਗ੍ਰੇਸ਼ਨ ਹੈਲਥ ਸਰਚਾਰਜ ਵੀ 72,000 ਰੁਪਏ ਤੋਂ ਵਧਾ ਕੇ 1 ਲੱਖ ਕੀਤਾ ਗਿਆ। ਇਸ ਸੰਬੰਧੀ ਚੰਡੀਗੜ੍ਹ ਯੂਨੀਵਰਸਿਟੀ ਮੋਹਾਲੀ ਦੇ VC ਡਾਕਟਰ RS ਬਾਵਾ ਨੇ ਵੀ ਆਖਿਆ ਕਿ ਬੱਚਿਆਂ ਦੇ ਵਧਣ ਦੇ ਨਾਲ ਪੰਜਾਬ ਦੇ ਵਿੱਚ ਕੁਆਲਿਟੀ ਆਫ ਐਜੂਕੇਸ਼ਨ ਦੇਣ ਵਾਲੇ ਇੰਸਟੀਚਿਊਟ ਦੀ ਸੰਖਿਆ ਵੀ ਵਧੇਗੀ। ਵਿਦੇਸ਼ ਦੇ ਵਿੱਚ ਹਰ ਸਾਲ ਜਾ ਰਿਹਾ ਪੰਜਾਬ ਦਾ ਪੈਸਾ ਬਚੇਗਾ। ਅਜਿਹੇ ਸੰਸਥਾਨਾਂ ਦੇ ਵਿੱਚ ਪਹਿਲਾਂ ਹੀ ਵਿਦੇਸ਼ੀ ਅਤੇ ਦੂਸਰੇ ਰਾਜਾਂ ਦੇ ਬੱਚੇ ਪੜ੍ਹਨ ਆ ਰਹੇ ਨੇ, ਜਿਸ ਨਾਲ ਇਹ ਟ੍ਰੈਂਡ ਬਰਕਰਾਰ ਰਿਹਾ ਅਤੇ ਸਿੱਖਿਆ ਸੰਸਥਾਨ ਦੇਸ਼ ਦੇ ਵਿੱਚੋਂ ਸਰਵੋਤਮ ਨੇ। ਹੁਣ ਭਾਈ ਮੋਹਾਲੀ ਯੂਨੀਵਰਸਿਟੀ ਵਾਲੇ ਚੰਡੀਗੜ੍ਹ ਵਾਲੇ ਹੋ, ਗੱਲ ਇਹ ਹੈ ਕਿ ਸਤਨਾਮ ਸਿੰਘ ਸੰਧੂ ਤਾਂ MP ਬਣ ਗਏ, BJP ਨਾਲ ਬਣਦੀ ਹੈ, ਪ੍ਰਾਈਵੇਟ ਯੂਨੀਵਰਸਿਟੀਆਂ ਕਾਮਯਾਬ ਹੋ ਰਹੀਆਂ ਨੇ, ਪ੍ਰਾਈਵੇਟ ਯੂਨੀਵਰਸਿਟੀਆਂ ਦੇ ਮਾਲਕ ਲੱਡੂਆਂ ਵਾਲੇ MP ਬਣ ਰਹੇ ਨੇ। ਸੋ ਨਾ BJP ਘੱਟ ਹੈ, ਨਾ ਅਕਾਲੀ ਘੱਟ ਨੇ, ਨਾ ਕਾਂਗਰਸ ਅਤੇ ਝਾੜੂ ਵਾਲੇ ਘੱਟ ਨੇ, ਨਾ ਭਾਜਪਾ ਘੱਟ ਹੈ। ਸਰਕਾਰੀ ਯੂਨੀਵਰਸਿਟੀਆਂ ਦੇ ਵਿੱਚ ਆ ਗੁਰਨਾਮ ਸਿੰਘ ਗਿੱਧਾ ਹੋਰਾਂ ਦੀ ਰਿਪੋਰਟ ਆਪਾਂ ਸਾਂਝੀ ਕੀਤੀ ਹੈ ਕਿ 40% ਪੋਸਟਾਂ ਪੰਜਾਬੀ ਯੂਨੀਵਰਸਿਟੀ 'ਚ ਖਾਲੀ ਪਈਆਂ ਨੇ। ਉਹ ਭਰਤੀਆਂ ਕੌਣ ਕਰੇਗਾ? ਕੋਈ ਪ੍ਰੋਫੈਸਰ ਨਹੀਂ ਰੱਖਿਆ ਜਾ ਰਿਹਾ। ਆ 1100 ਰੱਖੇ ਸੀ ਪਿਛਲੀ ਕਾਂਗਰਸ ਸਰਕਾਰ ਨੇ, ਉਹ ਵੀ ਕੱਢੇ ਹੋਏ ਨੇ ਮਾਨ ਸਾਹਿਬ ਨੇ। ਸੋ ਇਸ ਕਰਕੇ ਵਿਦਿਆਰਥੀ ਤਾਂ ਆ ਰਹੇ ਨੇ, ਪਰ ਵਿਦਿਆਰਥੀਆਂ ਨੂੰ ਜਿਹੜੀ ਹੈ ਇੱਕ ਮਿਆਰੀ ਐਜੂਕੇਸ਼ਨ ਕਿੱਥੋਂ ਮਿਲੇਗੀ? ਆ ਬਾਈ ਜੀ ਲਾਲੀ ਟੋੜਾ ਹੋਰਾਂ ਨੇ ਆਪਣਾ ਬੇਟਾ ਦਾਖਲ ਕਰਵਾਇਆ, ਐਡਮਿਸ਼ਨ ਕਰਵਾਈ ਹੈ, ਸਰਕਾਰੀ ਯੂਨੀਵਰਸਿਟੀਆਂ ਝੱਲਦੀਆਂ ਕੋਈ ਨਹੀਂ, ਅਤੇ ਬੱਚੇ ਵੀ ਸਰਕਾਰੀ ਯੂਨੀਵਰਸਿਟੀਆਂ 'ਚ ਜਾਣ ਨੂੰ ਤਿਆਰ ਨਹੀਂ। ਪ੍ਰਾਈਵੇਟ ਯੂਨੀਵਰਸਿਟੀਆਂ ਦੇ ਵਿੱਚ ਉਹੀ ਲੁੱਟ ਹੈ ਜੋ ਕੈਨੇਡਾ, ਅਮੈਰੀਕਾ ਅਤੇ ਨਿਊਜ਼ੀਲੈਂਡ ਕਰਦੇ ਆ। ਉੱਥੇ ਚਲੋ ਪੱਕੇ ਹੋਣ ਦੇ ਵੀ ਚਾਂਸ ਨੇ, ਇੱਥੇ ਸਿਰਫ ਹੌਸ਼ ਪੌਸ਼ ਹੈ, ਕਦੇ ਕਿਹਦਾ ਅਖਾੜਾ ਲਵਾ ਲਿਆ, ਕਦੇ ਕਿਹਦਾ ਅਖਾੜਾ ਲਵਾ ਲਿਆ। ਪ੍ਰਾਈਵੇਟ ਯੂਨੀਵਰਸਿਟੀਆਂ ਜੋ ਛੋਟੇ ਛੋਟੇ ਥਾਵਾਂ 'ਤੇ ਚੱਲ ਰਹੀਆਂ ਨੇ ਉਹ ਕਾਮਯਾਬ ਨੇ, ਸਰਕਾਰੀ ਯੂਨੀਵਰਸਿਟੀਆਂ ਸੁੰਗੜ ਰਹੀਆਂ ਨੇ। ਸੋ ਮੋਦੀ ਸਾਹਿਬ ਦਾ ਤਾਂ ਕਹਿਣਾ ਹੀ ਕੀ ਆ, ਯਾਨੀ ਕਿ ਜਿੰਨਾ ਬਜਟ ਤਾਲਿਬਾਨ ਨੇ ਆਪਣੇ ਦੇਸ਼ ਦੀ ਸਿੱਖਿਆ 'ਤੇ ਰੱਖਿਆ, ਟੋਟਲ ਬਜਟ ਦਾ 2.8%, ਉਨਾ ਹੀ ਬਜਟ ਰਾਮ ਨਾਮ ਵਾਲੀ ਸਰਕਾਰ ਮੋਦੀ ਸਾਹਿਬ ਨੇ ਰੱਖਿਆ, ਟੋਟਲ ਬਜਟ ਦਾ 2.8% ਹਿੱਸਾ ਐਜੂਕੇਸ਼ਨ 'ਤੇ ਰੱਖਿਆ ਮੋਦੀ ਸਾਹਿਬ ਨੇ ਇਸ ਬਜਟ ਦੇ ਵਿੱਚ। ਜੋਤੀ ਮਲਹੋਤਰਾ ਦਾ ਟ੍ਰਿਬਿਊਨ ਦੀ ਐਡੀਟਰ ਹੈ, ਜਿਸ ਨੇ ਇਹ ਕੱਲ੍ਹ ਆਰਟੀਕਲ ਆਪਾਂ ਸਾਂਝਾ ਕੀਤਾ ਸੀ। ਸੋ ਜਿਸ 'ਤੇ ਤੁਸੀਂ ਸਿੱਖਿਆ 'ਤੇ 2.3% ਪੈਸਾ ਖਰਚ ਕਰਦੇ ਹੋ ਅਤੇ ਧਾਰਮਿਕ ਸਥਾਨਾਂ 'ਤੇ ਬਥੇਰਾ ਕਰੀ ਜਾਂਦੇ ਹੋ, ਧਰਮ ਦੀ ਸਿੱਖਿਆ ਦੇ ਨਾਲ ਨਾਲ ਜੇ ਰੁਜ਼ਗਾਰ ਦੀ ਸਿੱਖਿਆ ਦਿਓਗੇ ਤਾਂ ਹੀ ਹੋਏਗਾ, ਬੱਚੇ ਬਸਤੇ ਚੱਕਣ ਨਾ ਕਿ ਬੱਚੇ ਧਾਰਮਿਕ ਸਮੱਗਰੀ ਚੱਕ ਕੇ ਇੱਧਰ ਉੱਧਰ ਯਵਕਦੇ ਫਿਰਨ। ਧਰਮ ਦੀ ਸਿੱਖਿਆ ਵੀ ਤਾਂ ਹੀ ਆਏਗੀ ਜੇ ਤੁਸੀਂ ਪੈਰਲਰ ਅੰਗਰੇਜ਼ੀ ਪੜ੍ਹਨੀ ਆਉਂਦੀ ਹੋਏਗੀ, ਨਹੀਂ ਤਾਂ ਫਿਰ ਸੰਸਕ੍ਰਿਤ ਹੈ ਉਹ ਪੰਡਿਤ ਤੋਂ ਹੀ ਸੁਣਨੀ ਹੋਏਗੀ, ਅਤੇ ਪੰਡਿਤ ਫੀਸ ਬਹੁਤ ਲੈਂਦਾ। ਹੁਣ ਪੁਰੋਹਿਤ ਸਾਹਿਬ ਜਿਹੜੇ ਅੱਜ ਛੁੱਟੀ ਕਰ ਗਏ ਨੇ ਗਵਰਨਰ ਸਾਹਿਬ, ਉਹਨਾਂ ਨੇ ਵੀ ਰਾਮਕਥਾ ਕਰਵਾਈ ਸੀ, 9 ਲੱਖ ਰੁਪਈਆ ਇੱਕ ਛੋਟੇ ਜਿਹੇ ਫੰਕਸ਼ਨ 'ਤੇ ਖਰਚ ਕੀਤਾ ਸੀ ਪੰਜਾਬ ਸਰਕਾਰ ਦੀ ਜੇਬ 'ਚੋਂ। ਹਾਲਾਂਕਿ ਰਾਮਕਥਾ ਪੁਰੋਹਿਤ ਸਾਹਿਬ ਆਪ ਨਹੀਂ ਕਰ ਸਕਦੇ। ਖੈਰ, ਰਾਮ ਨਾਮ ਸੱਤ ਹੈ ਜੀ, ਇਹ ਕਹਿ ਕੇ ਸਤਿ ਸ਼੍ਰੀ ਅਕਾਲ ਬੁਲਾਉਣੀ ਪੈਣੀ ਆ, ਅਤੇ ਇਸ ਕਰਕੇ ਆਉਣ ਵਾਲੇ ਵਕਤ ਤੋਂ ਸੰਭਲੋ, ਵਕਤ ਵਿਚਾਰੇ ਬੰਦਾ ਸੋਹੀ।
ਧਰਮ ਇਹ ਸਿੱਖਿਆ ਦਿੰਦਾ, ਉਹ ਸਿੱਖਿਆ ਅਸੀਂ ਹਾਸਲ ਕਰੀਏ ਕਿ ਧਰਮ ਸਮਝਾਉਂਦਾ ਕੀ ਹੈ। ਵਕਤ ਵਿਚਾਰੇ ਬੰਦਾ ਸੋਈ, ਇਹ ਵੀ ਗੁਰਵਾਕ ਹੈ। ਸੋ ਇਕੱਲੇ ਪਾਠ ਕਰਨ ਨਾਲ ਕੁਛ ਨਹੀਂ ਹੋਣਾ, ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਪਾਈਏ ਖਾਦ। ਸੋ ਉਹ ਜਿਹੜੀਆਂ ਧਰਮ ਦੀਆਂ ਲਾਈਨਾਂ ਨੇ, ਜਿਵੇਂ ਗੀਤਾ ਵੀ ਕਹਿੰਦੀ ਹੈ ਨਾ ਕਿ ਕਰਮ ਕਰੋ ਫਲ ਦੀ ਆਸ ਨਾ ਰੱਖੋ, ਪਰ ਅਸੀਂ ਤਾਂ ਪਹਿਲਾਂ ਫਲ ਭਾਲਦੇ ਹਾਂ, ਕਰਮ ਅਸੀਂ ਕਰਨਾ ਨਹੀਂ ਚਾਹੁੰਦੇ, ਕਿਰਤ ਅਸੀਂ ਕਰਨਾ ਨਹੀਂ ਚਾਹੁੰਦੇ। ਕਲਯੁਗ ਮੈਂ ਕੀਰਤਨ ਪ੍ਰਧਾਨਾਂ ਹੀ ਸੀਮਤ ਨਹੀਂ ਹੈ, ਕਲਯੁਗ ਮੈਂ ਕਿਰਤ ਨੂੰ ਵੀ ਪ੍ਰਧਾਨ ਬਣਾਉਣਾ ਹੋਏਗਾ, ਹੱਥੀਂ ਕਿਰਤ ਵੱਲ ਜੁੜੀਏ। ਸੋ ਧੰਨਵਾਦ ਸਾਹਿਬ ਵੀਰਾਂ ਦੇ, ਬਹੁਤ ਸਾਰੇ ਕਮੈਂਟ ਆਏ ਨੇ, ਅਤੇ ਸਭ ਸੱਜਣਾਂ ਦਾ ਧੰਨਵਾਦ। ਅਤੇ ਹੁਣ ਫਿਰ ਵਕਤ ਤੁਹਾਡੇ ਤੋਂ ਵਿਦਾਇਗੀ ਦਾ, ਅਤੇ ਅੱਜ ਸ਼ਹੀਦ ਊਧਮ ਸਿੰਘ ਹੋਰਾਂ ਦਾ ਦਿਹਾੜਾ, ਅਤੇ ਸ਼ਾਮ ਨੂੰ ਉਹਨਾਂ ਦੇ ਬਾਰੇ ਵਿਸ਼ੇਸ਼ ਪ੍ਰੋਗਰਾਮ ਕਰਾਂਗੇ। ਅਤੇ ਹੁਣ ਸਿਰਫ ਇੰਨਾ ਹੀ ਪ੍ਰਵਾਨ ਕਰਿਓ। ਸੋ ਧੰਨਵਾਦ ਸਾਡੇ ਸਪੋਂਸਰ ਸਬਸਕ੍ਰਾਈਬਰ ਦਾ, ਜਿਨ੍ਹਾਂ ਦੀ ਬਦੌਲਤ ਇਹ ਪ੍ਰੋਗਰਾਮ ਤੁਹਾਡੇ ਤੱਕ ਪੁੱਜਦੇ ਨੇ। ਅਤੇ ਇਸ ਦੇ ਨਾਲ ਹੀ ਆਪਣੇ ਦੋਸਤ ਪਰਮਿੰਦਰ ਸਿੰਘ ਟਿਵਾਣਾ ਨੂੰ ਹੁਣ ਇੱਥੇ ਹੀ ਦਿਓ ਆ ਗਿਆ। ਧੰਨਵਾਦ, ਸਤਿ ਸ਼੍ਰੀ ਅਕਾਲ, ਜੁੜੇ ਰਹੋ ਟਿਵਾਣਾ ਰੇਡੀਓ ਦੇ ਨਾਲ।